ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੁਣ ਆਪਾਂ ਕਰਨ ਜਾ ਰਹੇ ਹਾਂ ਅਭਿਆਸ ਨੰਬਰ 51। ਠੀਕ ਹੈ, 50 ਕਰ ਚੁੱਕੇ ਸੀ, ਹੁਣ 51 ਨੰਬਰ ਆ। ਉਦਾਂ ਹੀ ਸੇਮ ਸਾਰੇ ਅੱਖਰ ਹੈਗੇ ਆ, ਈਜ਼ੀ ਵੇਖਣਾ, ਆਕੜਨਾ। ਪਹਿਲਾ ਅੱਖ ਰੇਸ਼ਮੀ, ਸਾਫ਼ ਲਿਖੋ, ਸੋਹਣਾ ਲਿਖੋ, ਅੱਖਰਾਂ ਸਹਿ ਬਰਾਬਰ ਲਿਖੋ, ਪਸਾਰ ਪ੍ਰੈਕਟਿਸ ਕਰੋ ਵੱਧ ਤੋਂ ਵੱਧ। ਪ੍ਰੈਕਟਿਸ ਕਰਨਾ ਹੀ ਸਪੀਡ ਬਣਨੀ ਆ ਅਤੇ ਫਲੋ ਬਣਨਾ, ਸ਼ੇਪ ਬਣਨੀ ਆ। ਪਸਾਰ ਅਤੇ ਪਸਾਰਾ ਵਰਡ ਹੈ, ਸ਼ਰਮਸਾਰ। ਰਾਰਾ ਅਪ ਡਾਊਨ ਤੁਸੀਂ ਆਪਦੇ ਅਕੋਰਡਿੰਗ ਕਰ ਸਕਦੇ, ਜਿਹੜਾ ਤੁਹਾਨੂੰ ਈਜ਼ੀ ਲੱਗਦਾ ਹੈਗਾ। ਸ਼ਰਮਸਾਰ, ਵਾਹ ਵਾਲ ਇੱਧਰ ਆਊਗਾ, ਸ਼ਰਮਸਾਰ। ਬੇਸੁਰਤੀ, ਲਾਵਾਂ ਪਿਆਰੀ ਔਂਕੜ, ਸੁਰਤੀ। ਸਰ ਅੱਗੇ ਹੈਗਾ ਜੀ ਰੋਸ਼ਨੀ, ਰੋਸ਼ਨੀ ਵਿੱਚ ਕਨੌੜਾ ਹੁੰਦਾ। ਹੈਰਾਨੀ, ਹੈ ਰਾਤ ਨੀ। ਵਾਵਲ ਤੁਹਾਨੂੰ ਆਉਣੇ ਚਾਹੀਦੇ ਸਾਰੇ, ਪਤਾ ਹੋਣਾ ਚਾਹੀਦਾ ਕਿੱਥੇ ਕਿਉਂ ਵਾਵਲ ਲਾ ਰਿਹਾ, ਸਾਰਾ ਕੁਛ ਕਰ ਚੁੱਕੇ ਹਾਂ। ਰਿਸ਼ਤਾ, ਸਤਾਰਾ, ਸਾਦੀ ਚਾਪ ਲੱਗ ਗਈ। ਸ਼ਰਬਤੀ, ਸਾਰਾ ਰੱਬ ਪਤਾ, ਸ਼ਰਬਤੀ ਸਟਾਰਟ 'ਤੇ। ਮੋੜ, ਅਰਪਣ, ਕੁੜੀ, ਕੁੜੀ ਕੱਕਨੌਂਕੜ, ਡਾੜੀ ਪਿਆਰੀ, ਕੁੜੀ ਚੌੜਾ, ਕਨੌੜਾ ਇੱਧਰ ਟਾੜੇ ਕਰਨਾ, ਚੌੜਾ। ਦਲੇਰ, ਦੱਦੇ ਨੂੰ ਲੱਲੀ ਹੁੱਕ ਲਾ ਦਿਉ, ਦਲੇਰ ਅੱਖਰ ਲੈਣ ਤੇ ਰਹੂਗਾ। ਦਲੇਰ, ਹੀਰ, ਰਾਹ ਡਾਊਨ ਹੀ ਪਾਸਦੇ ਹਾਂ, ਟਿੱਕ ਲੱਗ ਆਪ ਵੀ ਪੈਸਾ, ਜਿਹੜਾ ਤੁਹਾਨੂੰ ਈਜ਼ੀ ਲੱਗਦਾ ਦੋਨੇ ਰਾਰਾ ਕੋਈ ਵੀ ਯੂਜ਼ ਕਰ ਸਕਦੇ ਹਾਂ, ਹਾਹਾ ਯੂਜ਼ ਕਰ ਸਕਦੇ ਹਾਂ। ਲਾਚਾਰ, ਲਾਚਾਰੀ, ਵਾਵਲ ਆ ਗਿਆ ਪੂਰਾ, ਲਾਚਾਰੀ, ਲਾਚਾਰੀ, ਲਾਚਾਰੀ। ਨਿਆਸਰਾ, ਇਹਦਾ ਵਾਵਲ, ਨਿਆਸਰਾ, ਗੁਜ਼ਾਰਾ। ਚਾਰਜ, ਆਪਣਾ ਪਾ ਲਓ, ਆਪਣਾ ਆਪ ਪਾ ਲਓ, ਜਿਹੜਾ ਈਜ਼ੀ ਲੱਗਦਾ ਤੁਹਾਨੂੰ। ਚਾਰਜ, ਧਾਰਾ। ਈਰਖਾ, ਹਰਜਾਨਾ, ਆਰਜੀ, ਯੂਰਪੀ, ਨਰਸਰੀ, ਚਾਰਾਂ, ਚਾਟਾਂ। ਠੀਕ ਹੈ ਜੀ, ਇਹ ਆਪਣੀ ਅਭਿਆਸ ਨੰਬਰ 51 ਦੇ ਵਰਡਸ ਹੈਗੇ ਆ। ਠੀਕ ਹੈ, ਚਾਟਾਂ ਤੱਕ ਆਪਣਾ ਹੋ ਗਿਆ, ਇਹ ਨੋਟ ਕਰੋ, ਫਿਰ ਅਰੇਜ਼ ਕਰਦੇ ਹਾਂ। ਨਰਸਰੀ ਤੋਂ ਬਾਅਦ ਚਾਰ ਅਤੇ ਚਾਟਾਂ। ਹਾਂਜੀ, ਨੈਕਸਟ ਵਰਡ ਹੈਗਾ ਲੜਾਈ, ਭਾਸ਼ਾ ਭਾਗ ਦੇ ਅਕੋਰਡਿੰਗ ਲੜਾਈ ਇੱਦਾਂ ਪਊਗਾ। ਲੱਲਾ ਡਾੜੇ ਨੂੰ, ਲੱਲਾ ਡਾੜਾ, ਆਈ ਦਾ ਉਹ ਲੱਗਾ ਹੋਇਆ। ਆਪਾਂ ਕੀ ਪਾਉਣਾ ਹੈ, ਲੜ ਅਤੇ ਆਈ। ਲੱਲਾ ਮੰਮਾ ਅਤੇ ਲੱਲਾ ਮੰਮਾ, ਇਹ ਦੋਨੇ ਕੱਟ ਕੇ ਅੱਖਰ, ਲੱਲੇ ਨੂੰ ਕੱਟੇ ਕੁਛ ਨਹੀਂ ਬਣਦਾ, ਮੰਮਾ ਕੱਟੇ ਕੁਛ ਨਹੀਂ ਬਣਦਾ। ਇਹ ਜਗ੍ਹਾ 'ਤੇ ਆਪਾਂ ਨੂੰ ਲੜ ਪੜ ਸਕਦੇ, ਜਿਵੇਂ ਪੁਲਾੜ ਪਾਉਣਾ ਤਾਂ ਵੀ ਲੱਲੇ ਨੂੰ ਕੱਟ ਕੇ ਡਾੜਾ ਬਣ ਜੂ। ਮੁੱਖ ਅਧਿਆਪਕ ਜੀ, ਇਹ ਪੈ ਸਕਦਾ ਹੈ, ਮੰਮੇ ਨੂੰ ਕੱਢ ਦਿਓ, ਖੱਖੇ ਲਈ ਪੜਿਆ ਜਾਊਗਾ ਉਹ। ਮੁੱਖ ਅਧਿਆਪਕ ਜੀ, ਅੱਗੇ ਲੜਾਈ, ਲੜਾਈ ਦੋ ਤਰੀਕੇ ਦੇ ਤਾਂ ਤੁਹਾਨੂੰ ਈਜ਼ੀ ਲੱਗਦਾ, ਤੁਸੀਂ ਇਹਨੂੰ ਪਾ ਸਕਦੇ ਹੋ। ਨੈਕਸਟ ਇੰਚਾਰਜ, ਠੀਕ ਹੈ, ਰਿਟਾਇਰ। ਉਧਾਰਾ, ਜਾਗੀਰ, ਉਸਾਰੀ, ਆਕੜ। ਲਓ ਜੀ, ਇਹ ਵਰਡ ਹੋ ਗਏ ਆਪਣੇ ਅਭਿਆਸ ਨੰਬਰ 51 ਦੇ, ਸਾਰੇ ਵਰਡ ਕਰ ਲਏ ਆਪਾਂ। ਠੀਕ ਹੈ, ਪ੍ਰੈਕਟਿਸ ਕਰਨੀ ਆ। ਠੀਕ ਹੈ, 40 ਪੇਜ ਭਰਨੇ, ਪੂਰੀ ਅਭਿਆਸ ਕਰਨੀ, ਤਾਂ ਜੇ ਆਪਾਂ ਅੱਧੀ ਕਰਾਂਗੇ ਤਾਂ ਪੇਜ 20 ਵੀ ਕਰ ਸਕਦੇ ਹੋ, ਪੇਜ ਨਹੀਂ ਘਟਾਉਣੇ। ਠੀਕ ਆ, ਵਰਡ ਘਟਾ ਸਕਦੇ ਹੋ, ਕੋਈ ਨਹੀਂ, 6 ਮਹੀਨੇ ਕਿਤਾਬ ਹੋਣੀ ਤਾਂ ਸਾਲ 'ਚ ਹੋ ਜੂਗੀ, ਪਰ ਸਿੱਖ ਤਾਂ ਜਾਵਾਂਗੇ ਨਾ। ਪਰ ਜੇ ਆਪਾਂ ਪੇਜ ਘੱਟ ਭਰੇ, ਅੱਖਰ ਜ਼ਿਆਦਾ ਕੀਤੇ, ਸਿੱਖਣਾ ਕੁਛ ਨਹੀਂ ਆਪਾਂ, ਟਾਈਮ ਵੇਸਟ ਹੋ ਜਾਣਾ। ਠੀਕ ਹੈ ਜੀ, ਥੈਂਕ ਯੂ।